ਕੋਰੋਨਾ ਦੇ ਕਹਿਰ ਸਦਕਾ ਘਰਾਂ ਵਿੱਚ ਕੈਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਜਿੱਥੇ ਦੇਸ਼ ਭਰ ਵਿੱਚ ਸਮਾਜ ਸੇਵੀ ਜਥੇਬੰਦੀਆਂ ਸਰਗਰਮੀ ਨਾਲ ਕਾਰਜ ਕਰ ਰਹੀਆਂ ਨੇ, ਉੱਥੇ ਫਿਰੋਜ਼ਪੁਰ ਦੀਆਂ ਸਲੰਮ ਬਸਤੀਆਂ ਵਿੱਚ ਦੁੱਧ ਦੇ ਕੈਂਟਰ ਨਾਲ ਪਹੁੰਚ ਰਹੇ ਸਮਾਜ ਸੇਵੀ ਵੱਲੋਂ ਜਿੱਥੇ ਲੋਕਾਂ ਨੂੰ ਦੁੱਧ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉੱਥੇ ਹੋਰਨਾਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਵਿੱਚ ਦੁੱਧ ਸਮੇਤ ਖਾਣਯੋਗ ਵਸਤਾਂ ਦੀ ਸਮੱਗਰੀ ਆਪਣੇ ਪੱਧਰ 'ਤੇ ਵੰਡ ਰਹੇ ਸਮਾਜ ਸੇਵੀ BP ਸਿੰਘ ਨੇ ਜਿੱਥੇ ਸਮੂਹ ਲੋਕਾਈ ਦੇ ਭਲੇ ਦੀ ਕਾਮਨਾ ਕੀਤੀ, ਉੱਥੇ ਹਰ ਲੋੜਵੰਦ ਨੂੰ ਆਪਣੇ ਨਾਲ ਸੰਪਰਕ ਕਰਨ ਦੀ ਪੇਸ਼ਕਸ਼ ਕੀਤੀ। ਫਿਰੋਜ਼ਪੁਰ ਦੀਆਂ ਝੁੱਗੀਆਂ ਝੋਪੜੀਆਂ ਵਿੱਚ ਆਟਾ, ਦਾਲ, ਖੰਡ, ਦੁੱਧ ਆਦਿ ਸਪਲਾਈ ਕਰ ਰਹੇ BP ਸਿੰਘ ਨੇ ਸਪਸ਼ਟ ਕੀਤਾ ਕਿ ਉਹ ਨਹੀਂ ਬਲਕਿ ਸਾਡੇ ਗੁਰੂ ਸਾਥੋਂ ਅਜਿਹਾ ਕੰਮ ਕਰਵਾ ਰਹੇ ਨੇ ਜਿਸ ਦਾ ਸਿਹਰਾ ਸਾਡੇ ਪਾਤਸ਼ਾਹ ਨੂੰ ਜਾਂਦਾ ਹੈ। ਤੇ ਸਾਡਾ ਜਿੰਨੇ ਚੰਗੇ ਲੋਕ ਨੇ ਉਹਨਾਂ ਦਾ ਫਰਜ਼ ਬਣਦਾ ਬਈ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ, ਇਹਨਾਂ ਨੂੰ ਰਾਸ਼ਨ ਪਹੁੰਚਾਇਆ ਜਾਵੇ। ਇਹਨਾਂ ਨੂੰ ਦੁੱਧ ਦੀ ਬਹੁਤ ਵੱਡੀ ਤੰਗੀ ਹੈ, ਦੁੱਧ ਖੰਡ ਜਿਹੜਾ ਸਪਲਾਈ ਨਹੀਂ ਹੋ ਸਕਦਾ ਕਰਫਿਊ ਲੱਗੇ ਕਰਕੇ। ਇਹਨਾਂ ਨੂੰ ਇੱਕ ਇੱਕ ਚੀਜ਼ ਮੁਹੱਈਆ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ। ਤੇ ਮੈਂ ਲੋਕਾਂ ਨੂੰ ਤੇ ਪਬਲਿਕ ਨੂੰ ਅਪੀਲ ਕਰਦਾ ਵੀ ਜਿਹੜੇ ਵੀ ਅਮੀਰ ਆਦਮੀ ਨੇ ਜਿਹੜੇ ਸਹਿ ਸਕਦੇ ਨੇ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਬਈ ਆ ਕੇ ਪਬਲਿਕ ਦੀ ਮਦਦ ਕਰਨ ਤੇ ਗਰੀਬ ਲੋਕਾਂ ਤੱਕ ਉਹਨਾਂ ਦੇ ਢਿੱਡ 'ਚ ਰਾਸ਼ਨ ਪਾਉਣ ਤਾਂ ਕਿ ਉਹ ਸੁੱਖ ਨਾਲ ਜ਼ਿੰਦਗੀ ਜਿਉ ਸਕਣ। ਕੋਰੋਨੇ ਤੋਂ ਬਗੈਰ ਇਹਨਾਂ ਨੇ ਭੁੱਖ ਨਾਲ ਹੀ ਮਰ ਜਾਣਾ। ਸਰ ਤੁਸੀਂ ਲੱਗਦਾ ਵੀ ਮਤਲਬ ਇਹਨਾਂ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਵੀ ਘਰਾਂ 'ਚ ਹੀ ਰਹਿਣ, ਘਰ ਤੱਕ ਹੀ ਤੁਹਾਡਾ ਰਾਸ਼ਨ ਜਿਵੇਂ ਹੁਣ ਤੁਸੀਂ ਪਹੁੰਚਾ ਰਹੇ ਹੋ ਪਹੁੰਚੇਗਾ? ਇਹ ਜੀ ਅਸੀਂ ਰਾਸ਼ਨ ਹੁਣ ਇਹਨਾਂ ਦੇ ਤਕਰੀਬਨ ਘਰਾਂ ਤੱਕ ਪਹੁੰਚਾਉਣ ਦੀ ਡਿਸਟੈਂਸ ਰੱਖ ਕੇ ਪੂਰਾ ਮੇਨਟੇਨ ਕਰਕੇ ਅਸੀਂ ਇਹਨਾਂ ਦਾ ਕੰਮ ਕਰ ਰਹੇ ਹਾਂ। ਇਹਨਾਂ ਨੂੰ ਅਪੀਲ ਕਰਦੇ ਹਾਂ ਵੀ ਘਰਾਂ 'ਚ ਹੀ ਰਹਿਣ, ਕਿਉਂਕਿ ਇਸ ਤੋਂ ਇਹਨਾਂ ਦੇ ਬਾਹਰ ਨਿਕਲਣ ਨਾਲ ਕੋਰੋਨੇ ਦੇ ਫੈਲਣ ਦਾ ਬਹੁਤ ਜ਼ਿਆਦਾ ਡਰ ਹੈ। ਤੇ ਦੇਖੋ ਅਸੀਂ ਵੀ ਆਪਣੀ ਜ਼ਿੰਦਗੀ ਕੋਰੋਨਾ ਸਾਨੂੰ ਵੀ ਹੋ ਸਕਦਾ ਪਬਲਿਕ 'ਚ ਗਿਆ, ਪਰ ਅਸੀਂ ਇਸ ਦੁੱਖ ਦੀ ਘੜੀ 'ਚ ਲੋਕਾਂ ਦੇ ਨਾਲ ਸਪੈਸ਼ਲ ਆਏ ਹਾਂ ਇਸ ਵਾਸਤੇ ਤਾਂ ਕਿ ਇਹ ਲੋਕ ਭੁੱਖ ਨਾਲ ਨਾ ਵਿਲਕਣ। ਤੇ ਅਪੀਲ ਕਰਦੇ ਲੋਕਾਂ ਨੂੰ ਵੀ ਆਪਣੇ ਘਰਾਂ 'ਚ ਰਹਿਣ ਤੇ ਸ਼ਾਂਤੀ ਨਾਲ ਜਿਵੇਂ ਸਰਕਾਰ ਕਹਿੰਦੀ ਹੈ ਉਹਦੀ ਪਾਲਣਾ ਕਰਨ। ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, 5 ਆਪ ਟੂਡੇ।